ਯਾਰ ਮੈਂ ਇਹ ਵੀਲੌਗ ਪੰਜਾਬੀ ਕਰਨਾ, ਉਹਦੀ ਵਜ੍ਹਾ ਹੈ ਕਿ ਜਿਸ ਬੰਦੇ ਨੇ ਮੈਨੂੰ ਮਜਬੂਰ ਕੀਤਾ ਨਾ ਵੀਲੌਗ ਕਰ ਦਿੱਤੇ, ਉਹਦਾ ਜਵਾਬ ਵੀ ਪੰਜਾਬੀ 'ਚ ਬਣਦਾ, ਅਤੇ ਜਿਹਨੂੰ ਨਾ ਸਮਝ ਆਏ ਉਹ ਉਰਦੂ ਉਹਨਾਂ ਨੂੰ ਸਮਝ ਆਉਂਦੀ ਹੈ, ਪੰਜਾਬੀ ਨਾ ਆਉਂਦੀ ਹੋਵੇ ਤਾਂ ਮੇਰੀ ਮਾਦਰ। ਮੈਂ ਆਪਣਾ ਤੁਹਾਨੂੰ ਪਤਾ ਅਕਸਰ ਮੈਂ ਮੇਰੀ ਮੇਰਾ ਇੱਕੋ ਸ਼ੌਕ ਹੈ, ਮੈਂ ਹਮੇਸ਼ਾ ਆਪਣੀ ਅਤੇ ਮਿਸ਼ਲ ਦੀਆਂ ਜ਼ਿਆਦਾਤਰ ਵੀਡੀਓ ਜਿਹੜੀਆਂ ਨਾ ਉਹਨਾਂ ਦੀਆਂ ਉਹਦੇ ਪਿੱਛੇ ਸੌਂਗ ਵਗੈਰਾ ਪਾਉਂਦਾ। ਮੈਂ ਕਦੀ ਕੋਈ ਬੇਹਜਾਈ ਬੇਸ਼ਰਮੀ ਵਾਲੀ ਕੋਈ ਚੀਜ਼ ਨਹੀਂ ਕਦੀ ਕੀਤੀ, ਟਿਕਟੌਕ 'ਤੇ ਮੇਰਾ ਕੱਢ ਕੇ ਫੇਰ ਉੱਥੇ ਕਦੀ ਮੈਂ ਕੋਈ ਗੁਫ਼ਤਗੂ ਇਹੋ ਜਿਹੀ ਨਹੀਂ ਕੀਤੀ। ਮੈਂ ਤਸਵੀਰ ਪਾਈ ਅਤੇ ਇੱਕ ਵਟਸਐਪ ਨੇ, ਹੁਣ ਮੈਂ ਬਲਾਕ ਕਰ ਦਿੱਤਾ ਉਹਨਾਂ ਨੂੰ ਕਿਉਂਕਿ ਮੈਨੂੰ ਅੱਛਾ ਨਹੀਂ ਸੀ ਲੱਗਦਾ, ਅਤੇ ਉਹਨਾਂ ਨੇ ਜੋ ਕਮੈਂਟ ਕੀਤਾ ਅਤੇ ਮੈਂ ਛੋਟਾ ਜਿਹਾ ਜਵਾਬ ਦੇਣਾ, ਉਹ ਸੁਣ ਲੈਣਗੇ ਆਪੀ। ਕਮੈਂਟ ਕੀਤਾ, ਉਹ ਜੱਟ ਸਾਹਿਬ ਉਹ ਛੱਡ ਦਿਓ ਜਾਣ ਗੋਰੀ ਦੀ, ਤੁਸੀਂ ਗ੍ਰੀਨ ਕਾਰਡ ਵੀ ਲੈ ਲਿਆ, ਪਾਸਪੋਰਟ ਵੀ ਲੈ ਲਿਆ, ਹੈਂ, ਅਤੇ ਹੁਣ ਛੱਡ ਦਿਓ ਇਹਦੀ ਜਾਣ। ਉਹ ਕਿਸੇ ਚੰਗੀ ਮਾਂ ਦੇ ਖੋਤਿਆ ਖੋਤਿਆ ਪੁੱਤਰਾ, ਮੈਂ ਕੋਈ 10 ਦਫ਼ਾ ਇਹ ਵੀਲੌਗ ਕੀਤਾ ਕਿ ਜਦੋਂ ਮੇਰੀ ਅਤੇ ਮਿਸ਼ਲ ਦੀ ਮੁਲਾਕਾਤ ਹੋਈ ਸੀ ਉਸ ਤੋਂ 2-2.5 ਸਾਲ ਪਹਿਲੇ ਮੇਰੇ ਕੋਲ ਅਮਰੀਕੀ ਪਾਸਪੋਰਟ ਸੀ, ਅਸੀਂ ਕਿਸ ਤਰ੍ਹਾਂ ਮਿਲੇ ਸੀ, ਅਸੀਂ ਇੱਕ ਜਗ੍ਹਾ 'ਤੇ ਕੰਮ ਕਰਦੇ ਸੀ, ਮੈਂ ਬੌਸ ਸੀ, ਬਾਲਟੀਮੋਰ ਦੇ ਵਿੱਚ ਅਸੀਂ ਮਿਲੇ ਸੀ, ਠੀਕ ਹੈ ਜੀ। 91 'ਚ ਮੈਂ MBA ਕੀਤਾ, ਨਾਲ ਹੀ ਮੇਰੀ ਨੈਸ਼ਨੈਲਿਟੀ ਹੋ ਗਈ, ਅਤੇ ਮੈਂ ਜਾ ਕੇ 93 ਦੇ ਐਂਡ ਅਤੇ 94 ਦੇ ਸ਼ੁਰੂ 'ਚ ਜਾ ਕੇ ਮਿਲਿਆ। ਸਾਡੀ ਯਕੀਨ ਕਰੋ ਬੰਦਾ ਕੀ ਇਸ ਕੌਮ ਦਾ ਕੀ ਬੰਦਾ ਕਰੇ, ਮੈਂ ਬੈਠੇ ਰਹਿ ਵੀ ਅਤੇ ਸੋਚਣਗੇ ਅੱਛਾ ਯਾਰ ਮੈਂ ਉਹਨੂੰ ਕੀ ਕਹਾਂ ਅਤੇ ਉਹਨੂੰ ਕੀ ਕਹਾਂ, ਉਹ ਫਲਾਣਾ ਕੋਈ ਚੰਗਾ ਲੱਗਦਾ ਪਿਆ, ਐਹ ਕੋ ਖੁਸ਼ ਹੈ, ਫਲਾਣੇ ਦੇ ਘਰ 'ਚ ਹਾਲੇ ਤੱਕ ਅੱਗ ਕਿਉਂ ਨਹੀਂ ਲੱਗੀ, ਇੱਦਾਂ ਬੇੜਾ ਗਰ ਕਿਉਂ ਨਹੀਂ ਹੋਇਆ, ਹੈ ਬਸ ਇਹ ਸੋਚੀ ਜਾਣਗੇ, ਅਤੇ ਕਰਨਾ ਕਰਾਉਣਾ ਕੁਛ ਵੀ ਨਹੀਂ, ਖੁਦ ਕੁਛ ਵੀ ਨਹੀਂ, ਖੁਦ 0/0, ਅੱਛਾ ਐਵੇਂ ਬੈਠੇ ਕਹਿ ਜਾਣਗੇ ਬਾਹਰ ਨਿਕਲੇ ਨੇ, ਲੈ ਕੱਲ੍ਹ ਖੋਤੀ 'ਤੇ ਫਿਰਦਾ ਹੁੰਦਾ ਸੀ, ਅੱਜ ਕਾਰਾਂ 'ਚ ਫਿਰਦਾ ਪਿਆ। ਯਾ ਬੰਦਾ ਇਹਨਾਂ ਨੂੰ ਪੁੱਛੇ ਉਹ ਮਸਲ, ਮੈਂ ਤਾਂ ਦੱਸਦਾ ਵਾ ਕਿ ਇਸਲਾਮਾਬਾਦ ਬੜਾ ਮਸ਼ਹੂਰ ਇੱਕ ਸੇਵਰ ਫੂਡ, ਪਲਾਓ ਅਤੇ ਨਾਲ ਸ਼ਾਮੀ ਕਬਾਬ ਦਿੰਦੇ ਨੇ, ਅੱਲਾਹ ਪਾਕ ਨੇ ਇੰਨੀ ਉਹਨਾਂ ਦੇ ਕੰਮ 'ਚ ਬਰਕਤ ਪਾਈ ਹੈ ਮੇਰੇ ਮੇਰੇ ਸ਼ਹਿਰ ਦੇ ਨੇ, ਅਨਪੜ੍ਹ ਲੋਕ, ਲੇਕਿਨ ਉਹ ਮੁੰਡਾ ਜਿਹੜਾ ਮਾਲਕ ਹੈਗਾ ਨਹੀਂ, ਉਹ ਇੰਤਹਾਈ ਅੱਲਾਹ ਲੋਕ ਆਦਮੀ ਔਰ ਅੱਲਾਹ ਦੇ ਰਸਤੇ 'ਚ ਦੇਣਾ, ਔਰ ਅਕਸਰ ਮੇਰੇ ਲੱਕ ਦੇ ਲੈ ਭੈਣ ਜੋ ਕੱਲ੍ਹ ਉੱਥੇ ਰੇੜੀ ਲਾਈ ਹੋਈ ਸੀ, ਤਾਂ ਕੱਲ੍ਹ ਉੱਥੇ ਭੈਣ ਜੋ ਭਾਂਡੇ ਧੋਂਦਾ ਹੁੰਦਾ ਸੀ, ਬਗੈਰ ਤੋਂ ਬੇਸ਼ਰਮੋ, ਰਿਜ਼ਕ ਦਾ ਰੱਬ ਨੇ ਵਾਅਦਾ ਕੀਤਾ, ਰਿਜ਼ਕ ਰੱਬ ਦਿੰਦਾ, ਐਵੇਂ ਐਵੇਂ ਯਾਨੀ ਕਿ ਯਕੀਨ ਕਰੋ, ਜਿਵੇਂ ਰੋਡ ਦਾ ਤਾਂ ਨਹੀਂ, ਤੇਜ਼ ਗੱਡੀ ਚਲਾਉਣਗੇ, ਹਮ, ਅੱਗੇ ਰਸ਼ ਫਿਰ ਜਾ ਕੇ ਫਸ ਜਾਣਗੇ, ਜਾਣਾ ਕਿਤੇ ਵੀ ਨਹੀਂ, ਲੇਕਿਨ ਪਤਾ ਨਹੀਂ ਇਸ ਕੌਮ ਦੇ ਉੱਤੇ ਕੋਈ, ਹੁਣ ਮੈਂ ਕੀ ਕਹਾਂ, ਮੈਂ ਵੀ ਇਸ ਕੌਮ 'ਚੋਂ ਸ਼ਾਮਿਲ ਹਾਂ, ਦਿਨ ਬ ਦਿਨ ਉਹ ਵਟਸਐਪ ਤੁਸੀਂ ਪਾਸਪੋਰਟ ਲੈ ਲਿਆ, ਤੁਸੀਂ ਗ੍ਰੀਨ ਕਾਰਡ ਲੈ ਲਿਆ, ਲੁਧਿਆ ਪੱਠਿਆ ਖਬੀਸਾ ਮੇਰੇ ਪਿਛਲੇ ਜਾ ਕੇ ਸੁਣ ਤੂੰ ਵੀ ਲਾਕਸ,
ਉਹ ਤਾਂ ਵਿਚਾਰੀ ਇਸ ਦੁਨੀਆਂ 'ਚ ਵੀ ਨਹੀਂ ਰਹੀ ਹੈ, ਲੇਕਿਨ ਲਾਹੌਰ ਹੀ ਕਹਿੰਦਾ ਤੁਹਾਨੂੰ ਮਜ਼ਾਕ ਝਾਪ 'ਚ ਕਿ ਯਾਰ ਬੰਦਾ ਆਪਣੀ ਬਾਜੀ ਦੀ ਕਮਾਈ 'ਤੇ ਪਲਿਆ, ਬੜਾ ਕਾਮਨ, ਤੁਸੀਂ ਯਕੀਨ ਕਰੋ ਬੜੇ ਆਪਸ ਦੇ ਵਿੱਚ ਨਾ ਮਜ਼ਾਕ ਕਰਦੇ ਲਾਹੌਰੀਏ, ਹੈ ਤਾਂ ਬਹੁਤ ਬੁਰਾ ਜੋਕ ਹੈ ਲੇਕਿਨ ਬੜਾ ਕਾਮਨ ਜੋਕ ਜਦੋਂ ਇੱਕ ਦੂਜੇ ਨੂੰ ਜ਼ਿਆਦਾ ਛੇੜਨਾ ਹੋਵੇ, ਅਤੇ ਇਹ ਜਿਹੇ ਵਿਚਾਰੇ ਹੁੰਦੇ ਨੇ ਨਾ ਬੇਮੁਰਾਦੇ ਬੇਪੀਰੇ, ਠੀਕ ਹੈ ਨਾ ਜੀ, ਬਸ ਉਹ ਇਹੋ ਜਿਹੇ ਕਮੈਂਟਸ ਕਰਦੇ ਨੇ। ਅਤੇ ਵਟਸਐਪ ਕਰ ਤਾਂ ਦਿਓ ਜਦੋਂ ਮੇਰੇ 'ਤੇ ਜਾਂ ਮੇਰੇ ਵਰਗਿਆਂ 'ਤੇ, ਐਵੇਂ ਆਪਣਾ ਟਾਈਮ ਨਾ ਜ਼ਾਇਆ ਕਰੋ।